ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਤੇ ਕੇਕ ਲੈ ਕੇ ਮੋਤੀ ਮਹਿਲ ਨਜ਼ਦੀਕ ਪੁੱਜੇ ਨੇਤਰਹੀਣਾਂ ਨੂੰ ਪੁਲਿਸ ਫੋਰਸ ਨੇ ਬੈਰੀਗੇਟ ਲਾ ਕੇ ਰੋਕ ਦਿੱਤਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਨੇਤਰਹੀਣਾਂ ਵਿਚਕਾਰ ਜਿੱਥੇ ਜਦੋਂ ਜਹਿਦ ਜਾਰੀ ਹੈ, ਉੱਥੇ ਹੀ ਨੇਤਰਹੀਣ ਮਹਿਲ ਦੇ ਅੰਦਰ ਜਾ ਕੇ ਵਧਾਈਆਂ ਦੇਣ ਦੇ ਨਾਲ ਨਾਲ ਪੈਨਸ਼ਨਾਂ 'ਚ ਵਾਧੇ ਦੀ ਮੰਗ ਲਈ ਅੜੇ ਹੋਏ ਹਨ। ਜਾਣਕਾਰੀ ਅਨੁਸਾਰ ਨੈਸ਼ਨਲ ਫੈਡਰੇਸ਼ਨ ਆਫ ਦੀ ਬਲਾਈਂਡਿੰਗ ਵੱਲੋਂ ਮੁੱਖ ਮੰਤਰੀ ਦੇ ਅੱਜ ਜਨਮ ਦਿਨ 'ਤੇ ਕੇਕ ਦੇਣ ਦਾ ਐਲਾਨ ਕੀਤਾ ਗਿਆ ਸੀ। ਸੂਬੇ ਭਰ 'ਚ ਐਸੋਸੀਏਸ਼ਨ ਦੇ ਕਾਮਨ ਮੈਂਬਰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਅੱਜ ਬੱਸ 'ਤੇ ਸਵਾਰ ਹੋ ਕੇ ਕੇਕ ਲੈ ਕੇ ਪੁੱਜੇ ਸਨ। ਐਸੋਸੀਏਸ਼ਨ ਮੈਂਬਰਾਂ ਦਾ ਕਾਫਲਾ ਜਿਵੇਂ ਹੀ ਮੋਤੀ ਮਹਿਲ ਮੂਹਰੇ ਪੁੱਜਾ ਤਾਂ ਉੱਥੇ ਬੱਸ ਨੂੰ ਖੜ੍ਹਾ ਨਹੀਂ ਕਰਨ ਦਿੱਤਾ, ਜਦੋਂ ਕਿ ਕੁਝ ਦੂਰੀ 'ਤੇ ਜਾ ਕੇ ਉਹਨਾਂ ਦੀ ਬੱਸ ਨੂੰ ਰੋਕ ਦਿੱਤਾ ਗਿਆ ਹੈ। ਜਿੱਥੇ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਉਹਨਾਂ ਨੂੰ ਰੋਕਿਆ ਗਿਆ ਹੈ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟ ਵਿੱਚ ਨੇਤਰਹੀਣਾਂ ਨੂੰ 2500 ਰੁਪਏ ਪੈਨਸ਼ਨਾਂ ਦਾ ਐਲਾਨ ਕੀਤਾ ਸੀ। ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸਾਂਭੀ ਹੈ, ਉਦੋਂ ਤੋਂ ਨੇਤਰਹੀਣਾਂ ਦੀ ਪੈਨਸ਼ਨ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਾਰਨ ਨੇਤਰਹੀਣਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧ ਨੂੰ ਲੈ ਕੇ ਪਹਿਲਾਂ ਹੀ ਕਈ ਵਾਰ ਮੋਤੀ ਮਹਿਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਆਏ ਸਨ, ਪਰੰਤੂ ਉੱਥੇ ਮੌਜੂਦ ਅਧਿਕਾਰੀਆਂ ਵੱਲੋਂ ਭਰੋਸੇ ਤੋਂ ਸਿਵਾ ਕੁਝ ਨਹੀਂ ਮਿਲਿਆ। ਇਸ ਲਈ ਉਹ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ 'ਤੇ ਕੇਕ ਲੈ ਕੇ ਅਤੇ ਮੰਗ ਪੱਤਰ ਲੈ ਕੇ ਇੱਥੇ ਆਏ ਹਨ, ਤਾਂ ਕਿ ਇਸ ਜਨਮ ਦਿਨ 'ਤੇ ਨੇਤਰਹੀਣਾਂ ਨੂੰ 5000 ਰੁਪਏ ਪੈਨਸ਼ਨ ਦਾ ਐਲਾਨ ਕਰਨ। ਉਹਨਾਂ ਕਿਹਾ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਹ ਇੱਥੇ ਨਹੀਂ ਜਾਣਗੇ। ਨਾਭਾ ਤੋਂ ਚੇਤਨ ਮਹਿਤਾ ਦੀ ਰਿਪੋਰਟ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਮਨਿੰਦਰ ਸਿੰਘ ਚਾਹਲ ਹੈ। ਮੈਂ ਜਨਰਲ ਚੌਧਰੀ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਪੰਜਾਬ ਇਕਾਈ ਦਾ। ਹੈਲੋ ਸਰ, ਅੱਜ ਮੁੱਖ ਮੰਤਰੀ ਦੇ ਕੋਠੀ ਦਾ ਕਿਹੜਾ ਆਪਕੇ ਦਾ ਕਿਹੜੀਆਂ ਮੰਗਾਂ ਨੂੰ ਲੈ ਕੇ? ਨਹੀਂ, ਅਸੀਂ ਬਿਲਕੁਲ ਪੂਰੀ ਕਰਾਂ ਨਹੀਂ ਕਰਦਾ ਹੈਗਾ। ਇਹ ਬਿਲਕੁਲ ਜੀ ਪੀਸਫੁਲੀ ਡੀਐਮ ਸਾਹਿਬ ਨੂੰ ਕੇਕ ਲੈ ਕੇ ਆਏ ਸੀ, ਬਰਥਡੇ ਕੇਕ ਉਹਨਾਂ ਵਾਸਤੇ, ਕਿਉਂਕਿ 11 ਤਰੀਕ ਅੱਜ ਉਹਨਾਂ ਦਾ 89ਵਾਂ ਬਰਥਡੇ ਆ। ਤੇ ਪੁਲਿਸ ਵਾਲਿਆਂ ਨੂੰ ਗਲਤ ਫਹਿਮੀ ਹੋ ਗਈ ਕਿ ਸ਼ਾਇਦ ਕਿਤੇ ਧਰਨਾ ਲਾਉਣ ਆ ਗਏ, ਤੇ ਉਸ ਤੋਂ ਬਾਅਦ ਸਾਡੀ ਬੱਸ ਨੂੰ ਜਿਹੜਾ ਅੱਗੇ ਇਹਨਾਂ ਨੇ ਬੈਰੀਗੇਟ ਲਾ ਕੇ ਅੱਗੇ ਰੋਕ ਲਿਆ। ਪਰ ਕੋਈ ਬਿਲਕੁਲ ਸਾਡਾ ਕੋਈ ਬਿਲਕੁਲ ਅਸੀਂ ਪੇਸਫੁਲੀ ਹੈਗੇ, ਕੋਈ ਸਾਡਾ ਘਿਰਾਓ ਨਹੀਂ ਹੈਗਾ। ਬਰਥਡੇ ਕੇਕ ਸਾਡੇ ਕੋਲ ਹੈਗਾ, ਅਸੀਂ ਆਪਣਾ ਬਕਾਇਦਾ ਜਿਹੜੇ ਵੀ ਅਧਿਕਾਰੀ ਬਕਾਇਦਾ ਲਿਖਿਆ ਹੋਇਆ ਅਸੀਂ ਅੰਦਰ, ਕਿਸੇ ਵੀ ਅਧਿਕਾਰੀ ਉੱਥੇ ਅਧਿਕਾਰੀ ਡਿਊਟੀ ਲਗਾਈ ਜਾਵੇ ਜਿਹਨਾਂ ਦੀ ਹਾਜ਼ਰੀ ਵਿੱਚ ਅਸੀਂ ਮੋਤੀ ਮਹਿਲ ਦੇ ਵਿੱਚ ਕੇਕ ਕੱਟੀਏ, ਔਰ ਅਸੀਂ ਆਪਣਾ ਮੰਗ ਪੱਤਰ ਦੇ, ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਨੇਤਰਹੀਣਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਚਾਹੇ ਪੂਰੀਆਂ ਨਹੀਂ ਹੋਈਆਂ, ਜਿਹਨਾਂ ਵਿੱਚ ਸਾਡਾ ਬਲਾਈਂਡ ਦਾ ਹੈਂਡੀਕੈਪ ਦਾ ਬੈਕਲੋਗ ਦੀਆਂ ਪੋਸਟਾਂ ਨੇ, ਸਾਡੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਅਸੀਂ ਲਾਗੂ ਕਰਨ ਦੀ ਮੰਗ ਕਰ ਰਹੇ ਹਾਂ, ਕੋਈ ਸਾਡੀ ਬਲਾਈਂਡ ਹੈਂਡੀਕੈਪ ਵਾਸਤੇ ਬਹੁਤ ਜ਼ਰੂਰੀ ਹੈ ਇਹ ਚੀਜ਼। ਅਤੇ ਉਸ ਤੋਂ ਇਲਾਵਾ ਸਾਡੇ ਪ੍ਰਮੋਸ਼ਨਾਂ, ਸਾਡੇ ਅਧਿਕਾਰੀ ਜਿਹੜੇ ਕਰਮਚਾਰੀ ਸਾਡੇ ਪਿਛਲੇ 20-25 ਸਾਲ ਤੋਂ ਇੱਕੋ ਹੀ ਡਿਪਾਰਟਮੈਂਟ 'ਚ ਇੱਕੋ ਹੀ ਪੋਸਟ 'ਤੇ ਕੰਮ ਕਰ ਰਹੇ, ਉਹਨਾਂ ਦੇ ਨਾਲ ਦੇ ਭਰਤੀ ਹੋਏ ਬੰਦੇ 3-3, 4-4 ਪ੍ਰਮੋਸ਼ਨਾਂ ਲੈ ਚੁੱਕੇ ਨੇ। ਇਸ ਤੋਂ ਇਲਾਵਾ ਸਾਡੀ ਪੁਰਾਣੀ ਇੱਕ ਜਿਹੜੀ ਪੈਨਸ਼ਨ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਵੱਲੋਂ, ਪਹਿਲਾਂ ਤਾਂ ਅਸੀਂ ਥੋੜ੍ਹਾ ਜਿਹਾ ਉਹਨਾਂ ਦਾ ਸਵਾਗਤ ਕਰਦੇ, ਜ਼ਿਆਦਾ ਨਹੀਂ, ਕਿਉਂਕਿ ਹਾਲੇ ਵੀ ਆਪਣੇ ਵਾਅਦੇ 'ਤੇ ਨਹੀਂ ਆਏ ਹੈਗੇ, ਅਜੇ ਵੀ 1500 ਦਾ ਐਲਾਨ ਕੀਤਾ, ਪਰ ਉਹ ਵੀ ਹਜੇ 1 ਜੁਲਾਈ ਤੋਂ ਹੋਣੀ ਹੈ। ਪਰ 2500 ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਸੀ, ਅਤੇ ਫਿਰ ਵੀ ਹਜੇ 1500 ਦਾ ਐਲਾਨ ਹੋਇਆ ਲਾਗੂ ਹੋਣ 'ਤੇ ਪਤਾ ਨਹੀਂ ਅਜੇ ਮਨਪ੍ਰੀਤ ਬਾਦਲ ਸਾਹਿਬ ਕਿਹੜਾ ਸਭ ਕਰਦੇ ਨੇ ਜੂਨ ਮਹੀਨੇ, ਕੋਈ ਹੋਰ ਹਵਾਲਾ ਦੇ ਕੇ ਜਿਵੇਂ ਚੋਣ ਕਮਿਸ਼ਨ ਪੇ ਕਮਿਸ਼ਨ ਇਹਨਾਂ ਨੂੰ ਲਾਗੂ ਕਰਦੇ ਗਿਆ, ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਸ਼ਾਇਦ ਜੂਨ ਮਹੀਨੇ ਵਿੱਤੀ ਹਵਾਲਾ ਕੋਈ ਦੇ ਕੇ ਇਹਨੂੰ ਦੁਬਾਰਾ ਵਾਪਸ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ। ਇਸ ਲਈ ਅਸੀਂ ਅੱਜ ਬੈਸਟ ਵਿਸ਼ੇਜ਼ ਕਹਿਣ ਵਾਸਤੇ ਆਇਆ ਸੀ ਐਮ ਸਾਹਿਬ ਨੂੰ, ਪਰ ਸਾਡੇ ਨਾਲ ਪ੍ਰਸ਼ਾਸਨ ਜਿਹੜਾ ਇੱਥੇ ਧੱਕਾਸ਼ਾਹੀ ਕਰ ਰਿਹਾ ਹੈਗਾ। ਗੱਲ ਕਰੀਏ, ਕੁਝ ਦਿਨ ਪਹਿਲਾਂ ਵੀ ਤੁਸੀਂ ਆਏ ਸੀ ਇੱਥੇ ਮਹਿਲ ਵੱਲ, ਤੁਹਾਡੀ ਗੱਲਬਾਤ ਵੀ ਹੋਈ ਸੀ, ਤੁਹਾਨੂੰ ਕੀ ਲੱਗਦਾ ਜੀ ਇੱਦਾਂ ਦੀ ਕੀ ਲੋੜ ਪੈ ਗਈ ਅੱਜ ਫਿਰ ਦੁਬਾਰਾ ਕਿਸੇ ਨੂੰ ਅੱਜ ਬਰਥਡੇ ਕੇਕ ਵਾਸਤੇ ਲੈ ਕੇ ਆਇਓ? ਅੱਜ ਅਸੀਂ ਸਿਰਫ ਬਰਥਡੇ ਕੇਕ ਵਾਸਤੇ ਆਏ ਹਾਂ, ਔਰ ਬਕਾਇਦਾ ਮੰਗ ਪੱਤਰ ਯਾਦ ਕਰਾਉਣ ਆਇਆ ਸਰਕਾਰ ਨੂੰ ਕਿ ਅਸੀਂ ਸਾਡੀਆਂ ਮੰਗਾਂ ਵੀ ਨੇ, 19 ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਲੰਬੇ ਸਮੇਂ ਤੋਂ। ਉਹ ਅਸੀਂ 3 ਦਸੰਬਰ ਨੂੰ ਸਾਡਾ ਵਰਲਡ ਡਿਸੇਬਲ ਡੇ ਹੁੰਦਾ,